ਸਸਗਿਆ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਦੀ ਨੋਟੀਫਿਕੇਸ਼ਨ ਜਿਹੜੀ ਹੈ ਜੀ ਉਹ ਬਹੁਤ ਹੀ ਵਧੀਆ ਰਹਿਣ ਵਾਲੀ ਹੈ ਪੰਜਾਬ ਪੁਲਿਸ ਭਰਤੀ ਨੂੰ ਲੈ ਕੇ ਜੋ ਕਿ ਪੰਜਾਬ ਦੇ ਕੈਂਡੀਡੇਟਸ ਨੇ ਕਾਫੀ ਟਾਈਮ ਤੋਂ ਇਸ ਭਰਤੀ ਦਾ ਵੇਟ ਕਰ ਰਹੇ ਨੇ ਕਿ ਜਿਹੜੇ ਵੀ ਕੈਂਡੀਡੇਟਸ ਸਿਲੈਕਟ ਹੋਏ ਨਹੀਂ ਜਾਂ ਜਿਨ੍ਹਾਂ ਨੇ ਆਲਰੇਡੀ ਟੈਸਟ ਦਿੱਤੇ ਹੋਏ ਨੇ ਠੀਕ ਹੈ ਜੀ ਉਹ ਵੀ ਕਾਫੀ ਟਾਈਮ ਤੋਂ ਵੇਟ ਕਰ ਰਹੇ ਨੇ ਰਿਜ਼ਲਟਾਂ ਦਾ ਵੀ ਔਰ ਪਲੱਸ ਇਸੇ ਦੇ ਨਾਲ ਜਿਹੜੇ ਨਵੀਂ ਭਰਤੀ ਹੋਣ ਵਾਲੀ ਕੈਂਡੀਡੇਟਸ ਨੇ ਉਹ ਵੀ ਰਾਹ ਦੇਖ ਰਹੇ ਨਵੀਆਂ-ਨਵੀਆਂ ਭਰਤੀਆਂ ਦੀ ਸੋ ਪੰਜਾਬ ਪੁਲਿਸ ਭਰਤੀ ਨੂੰ ਆ ਚੁੱਕੇ ਜੀ ਕੀ ਅਪਡੇਟ ਹੈ ਕਿਹੜੀ ਕਿਹੜੀ ਭਰਤੀਆਂ ਨੇ ਨੰਬਰ ਆਫ ਪੋਸਟ ਦੀ ਗੱਲ ਕਰਨਾ 7428 ਪੋਸਟਾਂ ਨੂੰ ਲੈ ਕੇ ਅਪਡੇਟ ਆਇਆ ਹੈ ਜੀ ਇਹ ਬਿਲਕੁਲ ਅਫੀਸ਼ੀਅਲ ਅਪਡੇਟ ਹੈ ਤੇ ਕਦੋਂ ਤੋਂ ਭਰਤੀਆਂ స్టార్ਟ ਨੇ ਕਿਦਾਂ ਅਪਲਾਈ ਕਰਨਾ ਹੈ ਇਸ ਦੇ ਲਈ ਕੀ ਕੀ ਚੇਂजेस ਹੋਣਗੇ ਪੂਰੀ ਜਾਣਕਾਰੀ ਮੈਂ ਅੱਜ ਦੀ ਇਸ ਵੀਡੀਓ ਤੁਹਾਨੂੰ ਦੇਣ ਜਾ ਰਿਹਾ ਹਾਂ ਤੇ ਇਸ ਦੇ ਵਿੱਚ ਚਾਹੇ ਉਹ ਗ੍ਰਾਖਵਾ ਕਰਨ ਦੀ ਗੱਲ ਹੋਵੇ ਜਾਂ ਫਿਰ ਸਿਲੈਕਸ਼ਨ ਪ੍ਰੋਸੈਸ ਦੀ ਹਰੇਕ ਅਪਡੇਟ ਤੁਹਾਨੂੰ ਮੈਂ ਟਾਈਮ ਸਾਰ ਦਿੰਦਾ ਰਹਿਣਾ ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਜਿਹੜਾ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਆਊਟ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਜੋ ਕਿ meetacademy.xyz ਹੈ ਉੱਥੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਅਪਡੇਟ ਜਿਹੜ ਨੂੰ ਲੈ ਕੇ ਆਂਦਾ ਹੀ ਰਵਾਂਗਾ ਸੋ ਜੁੜੇ ਰਹਿਣਾ ਸਾਰੇ ਅਪਡੇਟਸ ਨੂੰ ਸਭ ਤੋਂ ਪਹਿਲਾਂ ਲੈਣ ਦੇ ਲਈ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਸਾਰੀ ਅਪਡੇਟ ਦੇਣਾ ਹੈ ਲੇਕਿਨ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਅਗਰ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸ ਜਿਹੜੀ ਹੈ ਉਹ ਪੱਕੀ ਕਰ ਸਕਦੇ ਹਾਂ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਇਹ ਪਹਿਲੀ ਨੋਟੀਫਿਕੇਸ਼ਨ ਹੈ ਜੀ ਜਿਹੜੀ ਕਿ ਅਖਬਾਰ ਦੇ ਵਿੱਚ ਵੀ ਆ ਚੁੱਕੀ ਹੈ ਈਵਨ ਨਿਊਜ਼ ਦੇ ਵਿੱਚ ਵੀ ਪਬਲਿਸ਼ ਹੋ ਚੁੱਕੀ ਹੈ ਇਸ ਦੇ ਵਿੱਚ ਪੰਜਾਬ ਪੁਲਿਸ ਚ ਜਿਹੜੀ ਹੈ 6200 ਜਵਾਨਾਂ ਦੀ ਭਰਤੀ ਹੈ ਜਿਹੜੀ ਉਹ ਹੋਣੀ ਹੈ ਜਿਸ ਦੇ ਵਿੱਚ 1600 ਮਹਿਲਾ ਕਨਸਟੇਬਲ ਵੀ ਹੋਣਗੇ ਇਸ ਦੇ ਵਿੱਚ ਜਿੰਦਾ ਤੁਹਾਨੂੰ ਪਹਿਲਾਂ ਵੀ ਪਤਾ 33% ਰਾਖਵਾ ਕਰਨ ਜਿਹੜਾ ਜੀ ਦਿੱਤਾ ਹੋਇਆ ਹੈ ਆਲਰੇਡੀ ਲੜਕੀਆਂ ਨੂੰ ਸੋ ਇਸੀ ਦਾ ਤੁਸੀਂ ਧਿਆਨ ਰੱਖਣਾ ਹੈ ਜੀ ਇਸ ਕਵਰਦੀ ਅਗਰ ਪੂਰੀ ਗੱਲ ਕਰੀਏ ਤਾਂ ਇਸ ਦੇ ਵਿੱਚ ਪੀ ਪੀਪੀ ਤੇ ਉਸ ਤੋਂ ਬਾਅਦ ਆਈਆਰਵੀ ਦੇ ਵਿੱਚ ਜਿਹੜੀ ਹੈ ਜੀ ਬਟਾਲੀਨਾਂ ਦੇ ਵਿੱਚ ਇਹ ਭਰਤੀ ਜਿਹੜੀ ਹੈ ਜੀ ਕੀਤੀ ਜਾਣੀ ਹੈ ਸੋ ਇਸ ਦੇ ਵਿੱਚ ਅਗਰ ਮੋਸਟਲੀ ਗੱਲ ਕਰੀਏ 422 ਥਾਣਿਆਂ ਦੇ ਵਿੱਚ ਐਡੀਸ਼ਨਲ ਫੋਰਸ ਜਿਹੜੀ ਹੈ ਜੀ ਉਹ ਤਨਖਾਤ ਕੀਤੀ ਜਾਵੇਗੀ ਔਰ ਇਸੇ ਦੇ ਨਾਲ ਜੋ ਕਿ ਪੀਬੀਆਈ ਚ 454 ਨਵੀਆਂ ਭਰਤੀਆਂ ਜਿਹੜੀਆਂ ਨੇ ਕੀਤੀਆਂ ਜਾਣੀਆਂ ਨੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੱਸਿਆ ਕਿ ਇਹਦੇ ਵਿੱਚ ਸਾਂਝੀ ਕੀਤੀ ਉਹਨਾਂ ਨੇ ਕਿ ਇਹ ਪੰਜਾਬ ਪੁਲਿਸ ਦੇ ਵਿੱਚ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵਿੱਚ ਸਿਵਲ ਸਪੋਰਟਸ ਦੇ ਸਪੋਰਟਸ ਆਫ ਦੀ ਨਾ ਕੈਟਾਗਰੀ ਦੇ ਵਿੱਚ ਜਿਹੜੇ ਹੈਗੇ ਨੇ ਡੋਮੇਨ ਦੇ ਵਿੱਚ ਸਪੈਸ਼ਲਿਸਟ ਦੀਆਂ ਇਹਨੇ ਟੋਟਲ 454 ਭਰਤੀਆਂ ਜਿਹੜੀਆਂ ਨੇ ਉਹਨਾਂ ਨੂੰ ਉਹਨਾਂ ਨੇ ਸਿਲੈਕਸ਼ਨ ਕਰ ਲਈਤੀ ਆਲਰੇਡੀ ਤੇ ਉਹਨਾਂ ਉਮੀਦਵਾਰਾਂ ਨੂੰ ਜਲਦੀ ਉਹ ਨਿਯੁਕਤੀ ਪੱਤਰ ਜਿਹੜੇ ਨੇ ਉਹ ਦਿੱਤੇ ਜਾਣਗੇ ਸੋ ਇਸੇ ਦੇ ਨਾਲ ਪ੍ਰਾਣੀਆਂ ਨੂੰ ਕਲੋਜ਼ ਕੀਤਾ ਜਾ ਰਿਹਾ ਤੇ ਨਵੀਆਂ ਭਰਤੀਆਂ ਜਿਹੜੀਆਂ ਨੇ ਉਹਨਾਂ ਨੇ ਨਵੰਬਰ ਚ ਇਨਫੋਰਮੇਸ਼ਨ ਆਪਾਂ ਨੂੰ ਦਿੱਤੀ ਹੈ ਸੋ ਪੰਜਾਬ ਸਰਕਾਰ 6200 ਕਨਸਟੇਬਲਾਂ ਦੀ ਭਰਤੀ ਜਿਹੜੀ ਹੈ ਜੀ ਉਹ ਕੀਤੀ ਜਾਏਗੀ ਸੋ ਤੁਸੀਂ ਇਹਦੇ ਲਈ ਸੋਚ ਸਕਦੇ ਹੋ ਜੇ 6200 ਭਰਤੀ ਆਣੀਆਂ ਜਿੰਨੇ ਵੀ ਹੋਰ ਕੈਂਡੀਡੇਟ ਪੈਂਡਿੰਗ ਨੇ ਠੀਕ ਹੈ ਜੀ ਜਿਨ੍ਹਾਂ ਨੇ ਪਿਛੇ ਤਿਆਰੀ ਕੀਤੀ ਔਰ ਨਹੀਂ ਹੋ ਪਾਏ ਤਾਂ ਉਹ ਇਹਦੇ ਵਿੱਚ ਵੀ ਅਪਲਾਈ ਜਿਹੜਾ ਉਹ ਕਰ ਸਕਦੇ ਨੇ ਬਾਕੀ ਜੀ ਜਿੱਦਾਂ ਪਿਛਲੀ ਵਾਰ ਦੀ ਤਰ੍ਹਾਂ ਸੀਗੇ ਕੁਝ ਵੀ ਚੇਂਜਿਸ ਅਗਰ ਹੁੰਦੇ ਨੇ ਕੋਈ ਅਪਡੇਟ ਆਂਦਾ ਹੈ ਤਾਂ ਮੈਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗਾ ਸਜੂੜੇ ਰਹਿਣਾ ਸਾਡੇ ਨਾਲ ਸਾਰੇ ਅਪਡੇਟਸ ਦੇ ਲਈ ਤੇ ਇਸੇ ਦੇ ਨਾਲ ਉਹਨਾਂ ਨੇ ਇਹ ਭਰਤੀ ਦੇ ਜਿਹੜੇ ਨੋਟੀਫਿਕੇਸ਼ਨ ਹੈ ਹੋਰ ਵੀ ਹੋ ਸਕਦੇ ਆ ਜਿੱਦਾਂ ਪਿੱਛੇ ਅਗਰ ਅਸੀਂ ਗੱਲ ਕਰੀਏ ਕਾਂਸਟੇਬਲ ਦੇ ਨਾਲ ਹੋਰ ਵੀ ਕਈ ਡਿਪਾਰਟਮੈਂਟਾਂ 'ਚ ਭਰਤੀਆਂ ਆਈਆਂ ਨੇ ਉਹ ਵੀ ਆਊਟ ਹੋਣਗੀਆਂ ਜਲਦੀ ਹੀ ਉਨਾਰੇ ਟਾਈਮ ਦੇ ਵਿੱਚ ਸੋ ਡਿਪਾਰਟਮੈਂਟ ਵੱਲੋਂ ਅਪਡੇਟ ਜਿਹੜੇ ਨੇ ਟਵੀਟ ਕਰ ਕਰਕੇ ਦੱਸੇ ਜਾ ਰਹੇ ਨੇ ਜਾਂ ਆਪੋ ਆਪਣੇ ਜਿਹੜੇ ਜਿਸ ਵੀ ਸੈਕਸ਼ਨ ਦੇ ਆਊਟ ਹੁੰਦੇ ਨੇ ਨੋਟੀਫਿਕੇਸ਼ਨ ਉਹਦੀ ਅਪਡੇਟ ਵੀ ਸਾਨੂੰ ਮਿਲ ਜਾਂਦੀ ਹੈ ਤਾਂ ਅਸੀਂ ਜਰੂਰ ਤਰ ਤੱਕ ਪਹੁੰਚਾਵਾਂਗੇ ਸੋ ਜੁੜੇ ਰਹਿਣਾ ਸਾਰੇ ਅਪਡੇਟ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਜੀ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ